ਉਹ ਨਹੀਂ ਮੰਮੀ ਚੰਗ ਬਿਮਾਰ ਹੈ ਵਿਚਾਰੀ ਉਹ ਤਾਂ ਇੰਨੀ ਹੋਖੀ ਹੋ ਰਹੀ ਸੀ ਜਦੋਂ ਮੈਂ ਗਈ ਹਾਂ ਪਤਾ ਨਹੀਂ ਮੈਨੂੰ ਭਾਈ ਉਹਦੀ ਬੋਲ ਬਾਣੀ ਤੋਂ ਤਾਂ ਲੱਗੀ ਨਹੀਂ ਮੈਨੂੰ ਬਿਮਾਰ ਕਰਦੀ ਹੈ ਬਿਮਾਰ ਹੋਵੇ ਤੂੰ ਬਿਮਾਰ ਹੋਵੇ ਤੇਰੀ ਮਾਂ ਕਲਾਸ਼ਣੀ ਹੈ ਕਹੇ ਜੇ ਵਚਨ ਕਰਕੇ ਆਈ ਹੈ ਘਰੇ ਜਸ ਦੇਖ ਮੈਂ ਤਾਂ ਭਾਈ ਤੇਰਾ ਰਿਸ਼ਤਾ ਲੈਣ ਲੱਗੀ ਹਾਂ ਮੰਮੀ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰ ਜਵਾਬ ਦਿੱਤਾ ਤੇ ਹੁਣ ਵੀ ਮੇਰਾ ਜਵਾਬ ਹੀ ਆ ਆਪਾਂ ਨਹੀਂ ਐਵੇਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਨੀ ਠੀਕ ਆ ਤੂੰ ਰਹਿਣ ਦੇ ਮੈਂ ਇਸ ਘਰ ਦੀ ਨੂੰ ਤੇ ਕੀ ਹੈ ਭਾਈ ਇਹ ਮੈਨੂੰ ਨਹੀਂ ਪਤਾ ਜੇ ਤੂੰ ਜਵਾਬ ਦੇਵੇਂਗਾ ਨਾ ਬਸ ਮੇਰਾ ਮਰੀ ਦਾ ਮੂੰਹ ਦੇਖੇ ਤੂੰ ਜਸ਼ਨ ਆ ਕੀ ਪੁੱਤ ਮੰਮੀ ਤੁਸੀਂ ਮਖਾ ਨਾਲੇ ਤੈਨੂੰ ਦੇਖ ਆਵਾਂ ਨਾਲੇ ਤੇਰੀ ਚਾਚੀ ਦਾ ਪਤਾ ਲੈ ਆਵਾਂ ਕਿਉਂ ਮੈਨੂੰ ਪਤਾ ਲੈਣ ਨੂੰ ਕੀ ਹੋਇਆ ਜਸ਼ਨ ਤਾਂ ਕਹਿੰਦੀ ਸੀ ਬਿਮਾਰ ਹੈ ਚਾਚੀ ਹਾਂ ਉਹ ਤਾਂ ਹੈ ਹੀ ਨਾ ਕੀ ਹੋ ਗਿਆ ਭੈਣੇ ਐਂ ਬਿੰਦ ਚ ਕੀ ਬਣ ਗਿਆ ਤੇਰੇ ਨਾਲ ਪਤਾ ਨਹੀਂ ਕੀ ਗੱਲ ਹੋ ਗਈ ਭੈਣੇ ਅਜ ਤਾਂ ਤਰ੍ਹਾਂ ਤਰ੍ਹਾਂ ਦੇ ਡਾਕਟਰਾਂ ਕੋਲੇ ਜਾਇਆ ਏ ਕੋਈ ਭੇਤ ਹੀ ਨਹੀਂ ਆਉਂਦਾ ਹੈਗਾ ਬਸ ਲੱਤਾਂ ਹੀ ਨਹੀਂ ਦੁਖਣੋਂ ਹਟਦੀਆਂ ਲੈ ਦੱਸ ਮੇਰੀ ਗੱਲ ਸੁਣ ਪੁੱਤ ਫਿਰ ਤੂੰ ਨਾ ਰੋਜ਼ ਹੀ ਆ ਜਾਇਆ ਕਰ ਤੇਰੀ ਚਾਚੀ ਨਾਲ ਜਿੰਨਾ ਚਿਰ ਜਮਾਂ ਠੀਕ ਨਹੀਂ ਹੁੰਦੀ ਨਾ ਉਨਾ ਚਿਰ ਕੰਮ ਇਹਦੇ ਤੂੰ ਕਰਕੇ ਜਾਇਆ ਕਰ ਹਾਂਜੀ ਮੰਮੀ ਕੋਈ ਗੱਲ ਨਹੀਂ ਚਾਚੀ ਹੋਰ ਹੈਗਾ ਕੋਈ ਕੰਮ ਪੁੱਤ ਚਾਹ ਬਣਾ ਦੇ ਤੇਰੀ ਮੰਮੀ ਵਾਸਤੇ ਘੁੱਟ ਵਧੀਆ ਜੀ ਨਾ ਨਾ ਭੈਣੇ ਚਾਹ ਦੀ ਤਾਂ ਮੈਨੂੰ ਲੋੜ ਨਹੀਂ ਉਹ ਤਾਰੀ ਵੀ ਆਉਣ ਵਾਲਾ ਹੈ ਘਰੇ ਵੀ ਤੈਨੂੰ ਪਤਾ ਮੈਂ ਇੱਥੋਂ ਇਕੱਲੀ ਤੋਂ ਵੀ ਸਾਰੇ ਕੰਮ ਨਹੀਂ ਬਣਦੇ ਮੈਂ ਕਿਹਾ ਨਾਲੇ ਫਿਰ ਤੂੰ ਗੁੱਸਾ ਕਰੇਂਗੀ ਚੱਲ ਮੈਂ ਪਤਾ ਲਿਆ ਵਾਂ ਮੈਂ ਤਾਂ ਜਸ਼ਨ ਨੂੰ ਇਹ ਦੇਖਣ ਹੀ ਆਈ ਸੀ ਵੀ ਕਿੰਨਾ ਕੁ ਰਹਿ ਗਿਆ ਕੰਮ ਹਾਂ ਇਹ ਤਾਂ ਹੈ ਭੈਣੇ ਗੁੱਸਾ ਹੋ ਵੀ ਜਾਂਦਾ ਹੈ ਨਾਲੇ ਫਿਰ ਜਸ਼ਨ ਤੋਂ ਬਿਨਾ ਮੇਰਾ ਹੈ ਵੀ ਕੌਣ ਜੇ ਰੱਬ ਇੱਕ ਧੀ ਦੇ ਦਿੰਦਾ ਤਾਂ ਮੈਨੂੰ ਵੀ ਤੇਰੇ ਵਾਂਗੂ ਸੁੱਖ ਹੋ ਜਾਂਦਾ ਧੀ ਦਾ ਓਹੋ ਭੈਣੇ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਦੀਆਂ ਲੈ ਇਹ ਕਿਤੇ ਤੇਰੀ ਧੀ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣ ਜਿੰਨਾ ਚਿਰ ਤੂੰ ਜਮਾਂ ਠੀਕ ਨਹੀਂ ਹੁੰਦੀ ਨਾ ਓਨਾ ਚਿਰ ਕੋਈ ਜਸ਼ਨ ਰੋਜ਼ ਆ ਜਾਇਆ ਕਰੂ ਇਹ ਵੀ ਤੇਰੀ ਧੀ ਹੋਈ ਹੈ ਲੈ ਮੈਂ ਤੈਨੂੰ ਕਦੇ ਪਰਾਈ ਸਮਝੇ ਹੀ ਨਹੀਂ ਮੈਂ ਤੈਨੂੰ ਆਪਦੀ ਜੰਮੀ ਹੋਈ ਮੰਨਦੀ ਹਾਂ ਵੀ ਮੇਰੀ ਹੋਈ ਆ ਤਾਂ ਤਾਂ ਮੇਰਾ ਇੰਨਾ ਜ਼ੋਰ ਹੈ ਤੇ ਇਹੀ ਤਾਂ ਗੱਲ ਹੈ ਚਾਚੀ ਸੀ ਜੇ ਬਗਾਨੇ ਆਪਦਾ ਸਮਝਣ ਲੱਗ ਜਾਣ ਗੱਲਾਂ ਕਰਦੀਆਂ ਕੁਛ ਕਿਹਾ ਪੁੱਤ ਨਾ ਨਾ ਮੰਮੀ ਕੁਛ ਨਹੀਂ ਮੈਂ ਚਾਹ ਲੈ ਕੇ ਆਵਾਂ ਨਾ ਨਾ ਚਾਹ ਦੀ ਤਾਂ ਲੋੜ ਨਹੀਂ ਮੇਰੀ ਗੱਲ ਸੁਣ ਭੈਣੇ ਮੇਰੀ ਧੀ ਤਾਂ ਉਹੀ ਮਾੜੇ ਜਿਹੇ ਦਿਲ ਵਾਲੀ ਹੈ ਵਿਚਾਰੀ ਜਦੋਂ ਇਹਨੂੰ ਮਾੜਾ ਜਿਹਾ ਪਤਾ ਲੱਗਿਆ ਨਾ ਵੀ ਚਾਚੀ ਬਿਮਾਰ ਹੈ ਉਹਦੀ ਮੈਨੂੰ ਕਹਿੰਦੀ ਮੈਂ ਤਾਂ ਚਾਚੀ ਦੇ ਕੰਮ ਕਰਕੇ ਆਉਣੀ ਹੈਗੀ ਸਿਆਣੀ ਵਾਲੀ ਹੈ ਵਿਚਾਰੀ ਇਹ ਤਾਂ ਐ ਤਾਂ ਆ ਮੈਂ ਤਾਂ ਕਹਿਣੀ ਇਹੋ ਜੀ ਲੈ ਕੇ ਤੀ ਰੱਬ ਹਰੇਕ ਨੂੰ ਦੇਵੇ ਚੱਲ ਜਸ਼ਨ ਮੇਰੀ ਗੱਲ ਸੁਣ ਪੁੱਤ ਛੇਤੀ ਆ ਜੀ ਤਾਰੀ ਵੀ ਆਉਣ ਵਾਲਾ ਮੈਂ ਜਾਣੀ ਆ ਚੰਗਾ ਹਾਂਜੀ ਮੈਂ ਕਹਿੰਦੀ ਸੀ ਹਾਂ ਦੋ ਕੁੱਟਾਂ ਚਾਹ ਪੀ ਕੇ ਜਾਈ ਭੈਣੇ ਨਾ ਨਾ ਚਾਹ ਦੀ ਤਾਂ ਲੋੜ ਨਹੀਂ ਹੈਗੀ ਭੈਣੇ ਤੂੰ ਵੀ ਕਾਲ ਕਰ ਗਈ ਪੁੱਤ ਬਣਾ ਲੈਂਦੀ ਉਹ ਨਹੀਂ ਪੁੱਤ ਬਸ ਤੂੰ ਛੇਤੀ ਆ ਜੀ ਚੰਗਾ ਚੱਲ ਮੇਰੀ ਗੱਲ ਸੁਣ ਨਾਲੇ ਐਵੇਂ ਨਾ ਕਿਤੇ ਮਗਰੋਂ ਹੋਰ ਕੰਮ ਧੰਦੇ ਲੱਗ ਜਸ਼ਨ ਜਿੰਨਾ ਚਿਰ ਸਾਰਾ ਕੰਮ ਨਹੀਂ ਨਿਬੜਦਾ ਪੁੱਤ ਉਨਾ ਚਿਰ ਨਾ ਆਈ ਚੰਗਾ ਸਾਰੇ ਕੰਮ ਨਿਬੇੜ ਕੇ ਆਈ ਹਾਂਜੀ ਹਾਂ ਚੱਲ ਚੰਗਾ ਭੈਣੇ ਫੇਰ ਗੇੜਾ ਮਾਰੂ ਮੈਂ ਚੰਗਾ ਭੈਣੇ ਗੇੜਾ ਮਾਰਦੀ ਰਹੀ ਕੋਈ ਨਾ ਧਿਆਨ ਰੱਖਿਆ ਕਰ ਆਪਦਾ ਖੜਦੀ ਕੀ ਕਹਿੰਦੀ ਤੂੰ ਬੇਸੁਰ ਗਿਆ ਜੀ ਮੈਨੂੰ ਬਿਮਾਰ ਕਰਦੀ ਹੈ ਬਿਮਾਰ ਹੋਵੇ ਤੂੰ ਬਿਮਾਰ ਹੋਵੇ ਤੇਰੀ ਮਾਂ ਕਲਾਸ਼ਣੀ ਹੈ ਕਹੇ ਜੇ ਵਚਨ ਕਰਕੇ ਆਈ ਹੈ ਘਰੇ ਆਖੇ ਬਿਮਾਰ ਹੈ ਕਿਵੇਂ ਕਸੂਤਾ ਜਿਹਾ ਝਾਕਦੀ ਦੇਖ ਲੈ ਜੇ ਮੈਂ ਮੂੰਹ ਖੋਲਤਾ ਤੇਰੀ ਮਾਂ ਰੋਂਦੀ ਨਹੀਂ ਵਰਿਆਈ ਜਾਣੀ ਤਾਂ ਇੱਥੋਂ ਚੁੱਪ ਕਰਕੇ ਕੰਮ ਧੰਦਾ ਕਰ ਲਿਆ ਕਰ ਹੋਰ ਹੀ ਪਾਉਂਦੀ ਆ ਉੱਜੜੀਆਂ ਖੱਡਾਂ 'ਚ ਹੱਥ ਰੋਲਾ ਕੀ ਕਰਾਂ ਮੈਂ ਹੁਣ ਨਾ ਤਾਂ ਵਿਚੋਲਣ ਦਾ ਫੋਨ ਆਇਆ ਇੱਕ ਮੱਚਣਾ ਮੈਨੂੰ ਆਪਦੇ ਆਪ ਨੂੰ ਲਾਉਣਾ ਨਹੀਂ ਆਉਂਦਾ ਹੈਗਾ ਜੇ ਕੁੜੀ ਨੂੰ ਕਹਿੰਦੀ ਹੈ ਫੋਨ ਲਾ ਦੇ ਤਾਂ ਚਾਰੇ ਪੈਰ ਚੱਕ ਕੇ ਉਹ ਪਊਗੀ ਮੈਨੂੰ ਸੌ ਗੱਲ ਸੁਣਾਉਂਦੀ ਹੈਗੀ ਜੇ ਆਪ ਨੂੰ ਲਾਉਣਾ ਹੁੰਦਾ ਆਉਂਦਾ ਹੋਵੇ ਆਪ ਲਾ ਲਾਂ ਮੈਂ ਤਾਂ ਐਂ ਕਰਦੀ ਹਾਂ ਜਸ ਤੋਂ ਹੀ ਲਵਾਉਂਦੀ ਹਾਂ ਫੋਨ ਨਾਲੇ ਤਾਂ ਮੈਨੂੰ ਉਹਦੀ ਹਾਂ ਨਾ ਦਾ ਜਵਾਬ ਮਿਲ ਜੂਗਾ ਪਤਾ ਲੱਗ ਜੂ ਵੀ ਉਹ ਕੀ ਚਾਹੁੰਦਾ ਕੀ ਨਾ ਚਾਹੁੰਦਾ ਉਸੇ ਨੂੰ ਕਹਿੰਦੀ ਹਾਂ ਆਹ ਨੰਬਰ ਜਿਹਾ ਉਸੇ ਤੋਂ ਲਵਾਉਂਦੀ ਹਾਂ ਬੇ ਪੁੱਤ ਕੀ ਕਰੀ ਜਾਂਦਾ ਤੂੰ ਕਰਨਾ ਕੀ ਹੈ ਮੰਮੀ ਵਿਹਲਾ ਹੋਰ ਕੀ ਆ ਆਹ ਨੰਬਰ ਲਾ ਕੇ ਦੇ ਪੁੱਤ ਮੈਨੂੰ ਕਿਹਦਾ ਨੰਬਰ ਆ ਮੰਮੀ ਇਹ ਨੰਬਰ ਤਾਂ ਮੈਨੂੰ ਨਵਾਂ ਜੀ ਲੱਗਦਾ ਕਿਹਦਾ ਇਹ ਬੇ ਇਹ ਤਾਂ ਵਿਚੋਲਣ ਦਾ ਨੰਬਰ ਹੈਗਾ ਵਿਚੋਲਣ ਦਾ ਹਾਂ ਉਹ ਮੰਮੀ ਉਹ ਹੁਣ ਤੂੰ ਆ ਪ੍ਰੀਤ ਦਾ ਰਿਸ਼ਤਾ ਨਾ ਕਰਨ ਬੇ ਜੀ ਇਹਨੂੰ ਪੜ੍ਹ ਲੈਣ ਦੇ ਹਲੇ ਸਾਲ ਦੋ ਸਾਲ ਹੋਰ ਬੇ ਭਾਈ ਪ੍ਰੀਤ ਦਾ ਰਿਸ਼ਤਾ ਨਹੀਂ ਮੈਂ ਤਾਂ ਤੇਰੇ ਰਿਸ਼ਤੇ ਦੀ ਗੱਲ ਕਰਦੀ ਹਾਂ ਮੰਮੀ ਫੇਰ ਉਹੀ ਗੱਲ ਤੂੰ ਮੇਰੇ ਰਿਸ਼ਤੇ ਦੀ ਗੱਲ ਤੂੰ ਰਹਿਣ ਹੀ ਦਿਆ ਫੜ ਨੰਬਰ ਨੰਬਰ ਆਪਦਾ ਤੈਨੂੰ ਪਹਿਲਾਂ ਕਈ ਵਾਰ ਤਾਂ ਮੰਮੀ ਮੈਂ ਮਨਾ ਕੀਤਾ ਗਾ
ਲੈ ਤੂੰ ਮਨਾ ਕਰ ਦਿੰਦਾ ਨਾ ਤੇਰੇ ਕਹਿਣ ਨਾਲ ਤਾਂ ਨਹੀਂ ਚੱਲਦਾ ਸਭ ਕੁਛ ਪੁੱਤ ਮੇਰਾ ਵੀ ਜੀ ਕਰਦਾ ਵੀ ਮੈਂ ਵੀ ਨੂੰਹ ਦੀਆਂ ਪੱਕੀਆਂ ਖਾ ਲਾਂ ਕਦੇ ਪੋਤੇ ਪੋਤੀਆਂ ਆਲੇ ਦੁਆਲੇ ਖੇਡਦੇ ਹੁਣ ਮੇਰੇ ਵੀ ਉਹ ਮੰਮੀ ਤੈਨੂੰ ਪਤਾ ਤਾਂ ਹੈਗਾ ਆਪਾਂ ਕਿਉਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਨੀ ਆ ਲੈ ਅਸੀਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਨਾ ਕੀ ਗੱਲ ਹੈ ਪਹਿਲਾਂ ਅਸੀਂ ਦੁਨੀਆ ਹੀ ਆਪਦੇ ਧੀਆਂ ਪੁੱਤਾਂ ਨੂੰ ਵਿਆਹੁੰਦੀ ਹੈ ਅਤੇ ਮੈਂ ਨਾ ਤੇਰੇ ਬਾਰੇ ਸੋਚਾਂ ਉਹ ਮੰਮੀ ਸੋਚ ਲਾ ਪਰ ਤੈਨੂੰ ਪਤਾ ਤਾਂ ਹੈ ਪਰ ਪੁਰ ਕੁਛ ਨਹੀਂ ਹੈਗਾ ਜਸ ਦੇਖ ਮੈਂ ਤਾਂ ਭਾਈ ਤੇਰਾ ਰਿਸ਼ਤਾ ਲੈਣ ਲੱਗੀ ਹਾਂ ਮੰਮੀ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰ ਜਵਾਬ ਦਿੱਤਾ ਅਤੇ ਹੁਣ ਵੀ ਮੇਰਾ ਜਵਾਬ ਹੀ ਆ ਆਪਾਂ ਨਹੀਂ ਐਵੇਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਨੀ ਠੀਕ ਆ ਤੂੰ ਰਹਿਣ ਦੇ ਜਵਾਬ ਦੇ ਦੇ ਜਿਹਨੂੰ ਵੀ ਕਹਿੰਦੀ ਹਾਂ ਤੂੰ ਹਾਂ ਮੇਰਾ ਕਿਹੜਾ ਹੱਕ ਹੈ ਤੇਰੇ 'ਤੇ ਕੋਈ ਮੈਂ ਤਾਂ ਉਈ ਤੈਨੂੰ ਪਾਲ ਪਲੋਸ ਕੇ ਐਡਾ ਵੱਡਾ ਕਰਿਆਗਾ ਉਹ ਮੰਮੀ ਹੁਣ ਤੂੰ ਐਂ ਜੇ ਫਿਰ ਕਰਨ ਲੱਗ ਜਾ ਇਹ ਕੀ ਗੱਲ ਬਣੀ ਤੂੰ ਤਾਂ ਜਵਾਕਾਂ ਵਾਂਗੂ ਜਿੱਦ ਕਰੀ ਜਾਂਦੀ ਹੈਗੀ ਜਿੱਦ ਕੀ ਹੈ ਬਈ ਇਹ ਮੈਨੂੰ ਨਹੀਂ ਪਤਾ ਜੇ ਤੂੰ ਜਵਾਬ ਦੇਵੇਂਗਾ ਨਾ ਬਸ ਮੇਰਾ ਮਰੀ ਦਾ ਮੂੰਹ ਦੇਖੇ ਤੂੰ ਮੰਮੀ ਲੈ ਹੁਣ ਇਹ ਕੀ ਗੱਲ ਬਣੀ ਪਹਿਲਾਂ ਵੀ ਜੇ ਕੋਈ ਗੱਲ ਮਨਾਉਣੀ ਹੈ ਇੱਕ ਦੋ ਵਾਰ ਤੂੰ ਐਂ ਕਰਦੀ ਹੈ ਮੇਰਾ ਮਰੀ ਦਾ ਮੂੰਹ ਦੇਖੇਗਾ ਫਿਰ ਤੂੰ ਆਹ ਕੰਮ ਕਰਦੇ ਮੈਨੂੰ ਨਾ ਮਜਬੂਰ ਕਰਿਆ ਕਰ ਤੂੰ ਪਹਿਲੀ ਮੰਨ ਜਾ ਕਰ ਉਹ ਚੱਲ ਮਾਂ ਤੇਰੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ ਮੈਂ ਪਰ ਉਦੋਂ ਪਹਿਲਾਂ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਜੇ ਮੇਰਾ ਵਿਆਹ ਕਰਨਾ ਤੂੰ ਬੇ ਤੂੰ ਵਿਆਹ ਲਈ ਹਾਂ ਕਰਦੇ ਕੇ ਰਹਾ ਹੈ ਮੈਂ ਤੇਰੀਆਂ ਸਾਰੀਆਂ ਸ਼ਰਤਾਂ ਮੰਨ ਲੂੰ ਉਹ ਪਹਿਲਾਂ ਸ਼ਰਤ ਸੁਣ ਤਾਂ ਲੈ ਮੰਮੀ ਪਹਿਲੀ ਕਹੀ ਜਾਂਦੀਆਂ ਸਾਰੀਆਂ ਸ਼ਰਤਾਂ ਮੰਨ ਲਊਂਗੀ ਮੰਮੀ ਮੈਨੂੰ ਪਤਾ ਵੀਰੇ ਦੀਆਂ ਕੀ ਸ਼ਰਤਾਂ ਨੇ ਤੈਨੂੰ ਕੀ ਪਤਾ ਮੈਂ ਕੀ ਸ਼ਰਤ ਰੱਖਣੀ ਆ ਮੰਮੀ ਅੱਗੇ ਕਿਉਂ ਨਹੀਂ ਪਤਾ ਮੈਨੂੰ ਚੱਲ ਜੇ ਪਤਾ ਫਿਰ ਤੂੰ ਹੀ ਦੱਸ ਦੇ ਨਾ ਮੰਮੀ ਨੂੰ ਮੰਮੀ ਵੀਰੇ ਦੀ ਇਹ ਸ਼ਰਤ ਆ ਵੀ ਤੂੰ ਜਿੱਥੇ ਵੀ ਵੀਰੇ ਦਾ ਰਿਸ਼ਤਾ ਕਰੇਗੀ ਨਾ ਕੁੜੀ ਵਾਲਿਆਂ ਨੂੰ ਸਾਰਾ ਕੁਝ ਸੱਚ ਦੱਸਣਾ ਪਊਗਾ ਨਾ ਕੀ ਦੱਸਣਾ ਪਊ ਉਹ ਮੰਮੀ ਆਹੀ ਦੱਸਣਾ ਪਊ ਮੇਰੀ ਬਿਮਾਰੀ ਬਾਰੇ ਬੇ ਪੁੱਤ ਮੈਂ ਸਾਰਾ ਕੁਝ ਦੱਸ ਕੇ ਰਿਸ਼ਤਾ ਕਰੂੰ ਤੇਰਾ ਮੈਂ ਝੂਠ ਨਹੀਂ ਬੋਲ ਕੇ ਰਿਸ਼ਤਾ ਲੈਂਦੀ ਨਾ ਨਾਲੇ ਤੈਨੂੰ ਕਿਵੇਂ ਪਤਾ ਵੀ ਮੈਂ ਆਹ ਸ਼ਰਤ ਰੱਖਣੀ ਸੀ ਮੰਮੀ ਅੱਗੇ ਪਤਾ ਕਿਵੇਂ ਨਹੀਂ ਹੋਊਗਾ ਤੂੰ ਮੈਥੋਂ ਚਾਹੇ ਵੱਡਾ ਫਿਰ ਵੀ ਮੈਂ ਤੇਰੀ ਭੈਣ ਆ ਚਾਹੇ ਛੋਟੀ ਆ ਪਰ ਮੈਂ ਤੇਰੀਆਂ ਅੱਖਾਂ 'ਚੋਂ ਨਾ ਦਿਲ ਦੀਆਂ ਗੱਲਾਂ ਸਾਰੀਆਂ ਪੜ੍ਹ ਲੈਂਦੀ ਹਾਂ ਨਾਲੇ ਮੰਮੀ ਕਿਸੇ ਗੱਲ ਦਾ ਲੁਕੋ ਨਾ ਰੱਖੀ ਅਗਲੇ ਨੂੰ ਪਹਿਲਾਂ ਸਾਰੀ ਗੱਲ ਦੱਸਦੀ ਮੈਂ ਨਹੀਂ ਚਾਹੁੰਦਾ ਬਾਅਦ 'ਚ ਕਿਸੇ ਗੱਲ ਪਿੱਛੇ ਮਾੜੀ ਮੋਟੀ ਪਿੱਛੇ ਵੀ ਐਵੇਂ ਫਰਕ ਪੈਂਦਾ ਰਹੇ ਫਿਰ ਬੇ ਨਹੀਂ ਸਾਰਾ ਕੁਛ ਦੱਸ ਦੂੰਗੀ ਮੈਂ ਦੱਸਤਾ ਸੀ ਵਿਚੋਲਣ ਨੂੰ ਪਹਿਲਾਂ ਵੀ ਅਲੇ ਫੋਨ ਤਾਂ ਦੇ ਨਹੀਂ ਕੁੜੀਏ ਤੂੰ ਫੋਨ ਲਾ ਕੇ ਦੇ ਆ ਲਾ ਦੇ ਮੰਮੀ ਨੂੰ ਫੋਨ ਆ ਕਦੋਂ ਦੀ ਇੱਥੇ ਬੈਠੀ ਹੈਗੀ ਦੇਖੀ ਤੂੰ ਤਾਂ ਰੋਜ਼ ਕਹਿ ਦਿੰਦੀ ਦੂਜੇ ਦਿਨ ਕਹਿੰਦੀ ਵਿਚੋਲਣ ਨੂੰ ਫੋਨ ਲਾ ਦੇ ਵੀਰੇ ਤੂੰ ਹੀ ਲਾ ਦੇ ਆ ਦੇਖ ਲੈ ਹੁਣ ਕਿਵੇਂ ਗੱਲਾਂ ਮਾਰਦੇ ਜੇ ਮੈਂ ਕੰਮ ਨੂੰ ਕਹਿਦਾ ਮੇਰੀ ਪੜ੍ਹਾਈ ਖਰਾਬ ਹੁੰਦੀ ਹੈ ਮੇਰੀ ਪੜ੍ਹਾਈ ਖਰਾਬ ਹੁੰਦੀ ਹੈ ਮੰਮੀ ਮੈਂ ਤਾਂ ਪਾਣੀ ਪੀਣ ਆਈ ਸੀ ਆ ਤੁਸੀਂ ਗੱਲਾਂ ਕਰੀ ਜਾਂਦੇ ਤੁਹਾਡੀ ਗੱਲਾਂ ਸੁਣ ਕੇ ਇੱਧਰ ਨੂੰ ਆ ਗਈ ਜਾ ਚੰਗਾ ਬਗ ਜਾ ਲੈ ਜਸ ਤੂੰ ਨਾ ਮੈਂ ਹੀ ਫੋਨ ਲਾ ਕੇ ਦਿੰਦਾ ਮੰਮੀ ਆ ਕੇ ਦੇ ਮੈਂ ਕਰਾਂਗਾ ਲਾ ਉਹਦੇ ਨਾਲ ਬਸ ਤਾਂ ਮੈਂ ਦੱਸਤਾ ਸੀ ਉਹਨੂੰ ਸਾਰਾ ਕੁਝ ਉਹ ਕਹਿੰਦੀ ਮੈਂ ਵੀ ਕੁੜੀ ਵਾਲੇ ਨੂੰ ਦੱਸਤਾ ਸਾਰਾ ਕੁਝ ਬਸ ਠੀਕ ਆ ਲੈ ਹੈਲੋ ਲੈ ਮੇਰਾ ਵੀ ਦਿਮਾਗ ਥੋਥਾ ਹੋਇਆ ਪਿਆ ਜਸ਼ਨ ਦੀ ਚਾਚੀ ਕੋਲ ਉਹਦਾ ਪਤਾ ਲੈ ਕੇ ਮੁੜੇ ਹੀ ਜਸ਼ਨ ਦੇ ਰਿਸ਼ਤੇ ਦੀ ਗੱਲ ਕਰਨੀ ਭੁੱਲ ਗਈ ਚੱਲ ਇਹਦੇ 'ਚ ਵੀ ਪਤਾ ਨਹੀਂ ਕੋਈ ਰਾਜ ਹੀ ਹੋਵੇ ਚੱਲ ਕੀ ਬੋਲੀ ਜਾਂਦੀ ਆ ਮਾਂ ਕੱਲੀਏ ਬੇ ਮੈਂ ਕੀ ਬੋਲਣਾ ਹੈਗਾ ਮੈਂ ਤਾਂ ਐਂ ਕਹਿੰਦੀ ਸੀ ਆ ਜਸ਼ਨ ਦੀ ਚਾਚੀ ਦਾ ਪਤਾ ਲੈਣ ਗਈ ਸੀ ਉੱਧਰ ਹਾਂ ਉਹਦਾ ਪਤਾ ਲੈ ਕੇ ਮੁੜੇ ਹੀ ਇਹਦੇ ਰਿਸ਼ਤੇ ਦੀ ਗੱਲ ਕਰਨੀ ਭੁੱਲ ਗਈ ਚੱਲ ਵਧੀਆ ਜੇ ਗੱਲ ਨਹੀਂ ਕਰਕੇ ਹੀ ਪਹਿਲਾਂ ਆਪਾਂ ਆਪਦੀ ਜਾਂਚ ਪੜਤਾਲ ਤਾਂ ਕਰ ਲਈਏ ਐਵੇਂ ਚਾਚੀ ਮੂਹਰੇ ਗਾ ਦੇਂਗੀ ਉਹਨੂੰ 36 ਜਣੀਆਂ ਆਉਂਦੀਆਂ ਨੇ ਉਹਦੇ ਹੱਥ ਨੂੰ ਗੱਲ ਫੈਲ ਜੂ ਸਾਰੇ ਪਿੰਡ 'ਚ ਬੇ ਨਹੀਂ ਆਏ ਨਹੀਂ ਉਹ ਕਿਸੇ ਕੋਲ ਗਾਉਂਦੀ ਕਾਹਨੂੰ ਨਹੀਂ ਗਾਉਂਦੀ ਉਹ ਪਰਲੇ ਵਿਹੜੇ ਤੋਂ ਚੱਲ ਕੇ ਬੁੜੀਆਂ ਨਾ ਉਹਦੇ ਲਈ ਵਿਆਹ ਕੇ ਬੈਠਦੀਆਂ ਨੇ ਤੈਨੂੰ ਪਤਾ ਆਪਣੇ ਹਰੇਕ ਦੁੱਖ ਸੁੱਖ 'ਚ ਉਹੀ ਖੜਦੀ ਹੈ ਫਿਰ ਆਪਾਂ ਉਹਦੇ ਕੋਲ ਗੱਲ ਨਹੀਂ ਕਰਾਂਗੇ ਹੋਰ ਕਿਹਦੇ ਕੋਲ ਕਰਾਂਗੇ ਮਗਰੋਂ ਅਗਲੀ ਗੁੱਸਾ ਕਰਦੀ ਹੈ ਐਂ ਗੁੱਸਾ ਕਰਦਾ 100 ਵਾਰੀ ਕਰੀ ਚੱਲੇ ਹੁਣ 100 ਗੱਲਾਂ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਚੰਗਾ ਤੂੰ ਹਜੇ ਨਿਆਣਾ ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪੁੱਤ ਦੱਸਦੀ ਮਾਂ ਫਿਰ ਗੱਲ ਇਹ ਕਰਦਾ ਵੀ ਆਪਾਂ ਤਾਂ ਆਪਦਾ ਉਹ ਕਰ ਲਈਏ ਆਪਾਂ ਤਾਂ ਤਸੱਲੀ ਕਰ ਲਈਏ ਪਹਿਲਾਂ ਜੋ ਆਪਣੀ ਤਸੱਲੀ ਹੋ ਗਈ ਰਿਸ਼ਤਾ ਕਰਨ ਜੋਗੇ ਹੋ ਗਏ ਵੀ ਹਾਂ ਭਾਈ ਰਿਸ਼ਤਾ ਕਰਨਾ ਉਹਰੇ ਫਿਰ ਦੱਸਦੀ ਬੇ ਚੱਲ ਚੰਗਾ ਫਿਰ ਮੈਂ ਕਿਹੜਾ ਗੱਲ ਕਰਤੀ ਜਦੋਂ ਆਪਾਂ ਸਾਰੀ ਜਾਂਚ ਪੜਤਾਲ ਕਰ ਲਈ ਕੋਈ ਨਹੀਂ ਫਿਰ ਕਰ ਲਾਂਗੇ ਗੱਲ ਉਹਦੇ ਨਾਲ ਦੱਸ ਦੂੰਗੀ ਉਹੀ ਤਾਂ ਕਹਿਣਾ ਮੈਂ ਜਸ਼ਨ ਕਿੱਥੇ ਆ ਜਸ਼ਨ ਉੱਧਰ ਹੀ ਹੈ ਤੇਰੀ ਚਾਚੀ ਕੋਲੇ ਉੱਧਰ ਕੀ ਕਰਦੀ ਹੈ ਬੇ ਉਹ ਬਿਮਾਰ ਹੋਈ ਪਈ ਹੈ ਕੰਮ ਕਰਾਉਂਦੀ ਹੈ ਉੱਥੇ ਹੋਰ ਤਾਂ ਕੋਈ ਹੈ ਨਹੀਂ ਦੀ ਕੰਮ ਕਰਾਉਣ ਵਾਲਾ ਬਿੱਲਾ ਹੈਗਾ ਉਹਨਾਂ ਦੇ ਨਾ ਹੁਣ ਪਹਿਲਾਂ ਝਾੜੂ ਪੋਚਾ ਬਿੱਲਾ ਕਰੂਗਾ ਜਿਹਦੇ ਹੈ ਨਹੀਂ ਕੋਈ ਉਹ ਵੀ ਤਾਂ ਕਰਦੀ ਨੇ ਚੱਲ ਕੋਈ ਨਹੀਂ ਤੂੰ ਤਾਂ ਨਹੀਂ ਗਿਆ ਫਿਰ ਐਵੇਂ ਹੀ ਨਾ ਬੜਾ ਉਹ ਕਰਿਆ ਕਰ ਆ ਜਾਂਦੀ ਹੈ ਕੋਈ ਨਹੀਂ ਆਜੂ ਹੁਣੇ ਇੱਕ ਤਾਂ ਇਹ ਵੀ ਮਨਪ੍ਰੀਤ ਨਾ ਕਿਹਦਾ ਫੋਨ ਹੈ ਬਈ ਕੁਛ ਨਹੀਂ ਮਾਂ ਬੈਂਕ ਵਾਲੀ ਹੈ ਨਵੀਂ ਮੈਨੇਜਰ ਆਈ ਹੈ ਮਨਪ੍ਰੀਤ
ਬਾਰ ਬਾਰ ਫੋਨ ਕਰੀ ਜਾਂਦੇ ਵੀ ਲੋਨ ਲੈ ਲਓ ਲੋਨ ਲੈ ਲਓ, ਸਾਡੇ ਲਵੇ ਤਾਂ ਉਹੀ ਨਹੀਂ ਹੈਗਾ ਕੁਛ, ਲੈ ਲਓ ਲੋਨ ਇਹਨਾਂ ਤੋਂ। ਲੋਨ ਲੈਣ ਨੂੰ ਹੈਗਾ ਨਾ ਤੂੰ ਮਹਾਰਾਜਾ ਪਟਿਆਲੇ ਦਾ ਮੁੰਡਾ, ਮੇਰੀ ਗੱਲ ਸੁਣ, ਮੇਰੀ ਕਿਰਾਏ ਦੇ ਨਾ ਗੱਲ। ਨਾ ਤੂੰ ਕੀ ਗੱਲ ਕਰੇਂਗੀ, ਮੈਨੂੰ ਸਾਰਾ ਪਤਾ ਹੈ, ਇਹ ਕੋਈ ਮੈਨੇਜਰ ਮਨੂਜਰ ਨਹੀਂ ਹੋਗੀ, ਮੈਨੂੰ ਚਾਰ ਦੇ, ਤੂੰ ਸਮਝ ਗਿਆ। ਚੰਗਾ ਜਦੋਂ ਹੁਣ ਆਗਾ ਦੁਬਾਰੇ ਕਰਾ ਦੂੰਗਾ, ਜੇ ਆਪਣੇ ਕਿ ਨਹੀਂ ਉਹ ਲਾਉਣੇ ਦੁਬਾਰੇ ਲੱਗਦਾ ਨਹੀਂ ਹੁੰਦਾ ਇਹਨਾਂ ਦਾ, ਕੰਪਨੀ ਵਾਲਾ ਫੋਨ ਹੁੰਦਾ ਇਹ। ਆਹੋ ਲੱਗਦਾ ਨਹੀਂ, ਨਾਲੇ ਮੇਰੀ ਗੱਲ ਸੁਣ ਲੈ, ਜੇ ਕੋਈ ਇਹੋ ਜਿਹੀ ਗੱਲ ਸੁਣ ਲਈ ਨਾ ਮੈਂ ਤੇਰੀ, ਖਬਰਦਾਰ ਹੋ ਜੀ, ਮੈਨੂੰ ਤੇਰੇ ਲੱਛਣ ਜੇ ਦਿਸੀ ਜਾਂਦੇ ਆ। ਤੈਨੂੰ ਤਾਂ ਜ਼ਿਆਦਾ ਦੇਖਣ ਲੱਗ ਗਿਆ ਹੁਣ ਨਾ, ਫਿਰ ਤੂੰ ਬਿੰਦੇ ਬਿੰਦੇ ਫੋਨ ਕਾਹਤੋਂ ਕੱਟਦੇ, ਜੇ ਮੈਨੇਜਰ ਨੇ ਫੋਨ ਸੀਗਾ ਤੂੰ ਗੱਲ ਕਰ ਲੈਂਦਾ। ਸਾਕਣਿਆਂ ਦੇ ਤਾਂ ਜੇ ਚੱਕਦਾ ਬਾਰ ਬਾਰ ਇੱਕੇ ਗੱਲ ਕਹਿੰਦੀ ਹੈ, ਨਮਸਕਾਰ ਨਮਸਕਾਰ, ਆਪ ਲੋਨ ਲੈ ਲਓ, ਕੀ ਲੈ ਕੇ ਲਏਗੀ ਲੋਨ, ਵਾਪਸ ਕਰਨ ਨੂੰ ਤਾਂ ਹੈ ਨਹੀਂ ਕੁਛ। ਮੇਰੇ ਨਾਲ ਕਰਾਉਂਦਾ ਉਹਦੀ ਗੱਲ, ਮੈਂ ਕਰਦੀ ਚੇਤ ਉਹਦੀ। ਤੈਨੂੰ ਤਾਂ ਉਹਦੀ ਅੱਧੀ ਸਮਝ ਆਉਂਦੀ, ਅੱਧੀ ਤੇਰੇ ਉੱਤੋਂ ਦੀ ਲੰਘਦੀ, ਅੱਧਾ ਇੰਗਲਿਸ਼ ਬੋਲਦੀ ਨੇ, ਅੱਧਾ ਹਿੰਦੀ 'ਚ ਬੋਲਦੀ। ਹਾਂ ਤੂੰ ਹੀ ਘਰ 'ਚ ਸਿਆਣਿਆ ਤੋਂ ਸਿਆਣਾ ਜੰਮ, ਬਾਕੀ ਤਾਂ ਇੱਥੋਂ ਵੀ ਬੁੱਧੂ ਤੁਰੇ ਫਿਰਦੇ ਆ, ਹੈ ਨਾ। ਲੈ ਆ ਗਈ ਹੁਣ ਇਹਦੀ, ਜਾਂ ਦਫਾ ਹੋ ਜਾ ਪਰੇ, ਰੋਟੀ ਲਿਆ ਦਿਓ ਮੈਨੂੰ। ਹਾਂ ਲਿਆ ਦੂੰ, ਕੋਈ ਨਹੀਂ, ਆ ਗਈ ਪੁੱਤ। ਮੰਮੀ ਕੀ ਹੋ ਰਿਹਾ, ਕਿਉਂ ਰੋਲਾ ਪਾਈ ਬੈਠੇ ਹੋ ਤੁਸੀਂ? ਹੁਣ ਆ ਕੀ ਆ, ਤੂੰ ਹੀ ਬਸ ਮੈਨੂੰ ਇਹਦੇ ਤੇ ਪਤਾ ਨਹੀਂ ਕਿਉਂ ਹੁਣ ਗੁੱਸਾ ਜਿਹਾ ਚੜ੍ਹਨ ਲੱਗ ਗਿਆ। ਕੀ ਕਰਤਾ ਇਹਨੇ, ਉਹ ਮੈਨੂੰ ਕਾਂਵਲੀ ਬਣਾਉਂਦਾ, ਬਿੰਦੇ ਬਿੰਦੇ ਕਿਸੇ ਦਾ ਫੋਨ ਆਈ ਜਾਂਦਾ ਸੀਗਾ। ਮੰਮੀ ਤੈਨੂੰ ਪਤਾ ਅੱਜ ਕੱਲ ਮੁੰਡੇ ਇਹੋ ਜਿਹੇ ਨੇ, ਸ਼ਰਾਰਤੀ ਨੇ, ਇਹਦੇ ਦੋਸਤੀ ਕਰੀ ਜਾਂਦੇ ਹੋਣੇ। ਕਾਣ ਪੁੱਤ, ਫਿਰ ਮੈਨੂੰ ਤਾਂ ਸਾਰੀ ਗੱਲ ਦੱਸ ਦੇ, ਮੈਥੋਂ ਲੁਕੋ, ਕਾਣੂ ਰੱਖਦਾ ਹੈ ਮੈਨੂੰ, ਐਂ ਵੀ ਐਵੇਂ ਨਾ ਕਿਸੇ ਹੋਰ ਮਾੜੀ ਸੰਗਤ 'ਚ ਪਈ ਜੇ ਇਹ। ਇਹ ਵੀ ਗੱਲ ਆ ਮੰਮੀ ਤੇਰੀ। ਜਸ਼ਨ, ਮੈਂ ਤੈਨੂੰ ਇੱਕ ਗੱਲ ਪੁੱਛਾਂ ਪੁੱਤ ਹੋਰ? ਹਾਂਜੀ ਬੋਲੋ। ਮੈਂ ਨਾ ਜਦੋਂ ਅੱਜ ਉੱਧਰ ਤੇਰੀ ਚਾਚੀ ਕੋਲੇ ਗਈ, ਪਤਾ ਨਹੀਂ ਮੈਨੂੰ ਕਿਉਂ ਐਂ ਜੇ ਲੱਗਿਆ ਵੀ ਜਿਵੇਂ ਉਹ ਬਿਮਾਰ ਨਹੀਂ ਹੁੰਦੀ, ਡਰਾਮੇ ਜੇ ਕਰਦੀ ਹੁੰਦੀ ਹੈ। ਉਹ ਨਹੀਂ ਮੰਮੀ, ਚੰਗ ਬਿਮਾਰ ਹੈ ਵਿਚਾਰੀ, ਉਹ ਤਾਂ ਇੰਨੀ ਔਖੀ ਹੋ ਰਹੀ ਸੀ ਜਦੋਂ ਮੈਂ ਗਈ ਹਾਂ। ਪਤਾ ਨਹੀਂ ਮੈਨੂੰ ਭਾਈ ਉਹਦੀ ਬੋਲ ਬਾਣੀ ਤੋਂ ਤਾਂ ਲੱਗੀ ਨਹੀਂ ਉਹ। ਨਹੀਂ ਨਹੀਂ ਮੰਮੀ, ਉਹ ਤਾਂ ਵਿਚਾਰੀ ਉਦੋਂ ਦੀ ਮੰਜੇ 'ਚ ਪਈ ਸੀਗੀ, ਰੋਟੀ ਵੀ ਸਵੇਰੇ ਬਿੱਲੇ ਵੀਰੇ ਨੇ ਬਣਾਈ ਸੀ। ਚਲੋ ਚੱਲ, ਚੰਗਾ ਐਂ ਕਰ ਪੁੱਤ, ਉਹਨੂੰ ਤਾਰੀ ਨੂੰ ਰੋਟੀ ਦੇ ਦੇ, ਫਿਰ ਐਵੇਂ ਬੁੜ ਬੁੜ ਕਰੂਗਾ। ਚੱਲ ਕੋਈ ਨਹੀਂ ਮੰਮੀ, ਮੈਂ ਬਣਾ ਦਿੰਦੀ ਹਾਂ, ਤੁਸੀਂ ਕੁਛ ਖਾ ਲਿਆ ਸੀ? ਤੈਨੂੰ ਪਤਾ ਹੀ ਹੈ ਮੇਰੇ ਤੋਂ ਹੀ ਭੁੱਖ ਮਰੀ ਪਈ ਹੈ। ਲੈ ਦੇਖ ਲਾ, ਜਾ ਬਣਾ ਦੇ ਰੋਟੀ, ਚਾਰ ਘਰਾਂ 'ਚ ਸੁਣਦਾ ਬੋਲਦਾ, ਐਂ ਨਹੀਂ ਦੇਖਦਾ ਵੀ ਉਹ ਜਵਾਕੜੀ ਵੀ ਥੱਕੀ ਹੰਭੀ ਆਈ ਹੈ। ਲੈ ਭਰਜਾਈ ਕੀ ਕਹਿੰਦੀ ਹੈ ਹੁਣ? ਹਾਂ ਸਤਿ ਸ਼੍ਰੀ ਅਕਾਲ ਭਰਜਾਈ, ਬਸ ਠੀਕ ਹੀ ਹੈ, ਤੈਨੂੰ ਪਤਾ ਹੀ ਹੈ ਹਾਲ ਤਾਂ ਮੇਰੇ। ਸਲਾਹ ਤਾਂ ਮੈਂ ਕਰ ਲਈ ਸੀ ਤਾਰੀ ਨਾਲ, ਪਰ ਉਹ ਕਹਿੰਦਾ ਵੀ ਆਪਾਂ ਐਡੀ ਛੇਤੀ ਨਹੀਂ ਹਲੇ ਕੁਛ ਕਰਦੇ, ਫਿਰ ਵੀ ਤੈਨੂੰ ਪਤਾ ਹੀ ਹੈ ਭੈਣੇ ਜਵਾਕੜੀ ਦੀ ਜ਼ਿੰਦਗੀ ਦਾ ਸਵਾਲ ਹੈ। ਹਾਂ ਚੱਲ ਫਿਰ, ਆਪਦਾ ਘਰ ਵੀ ਤਾਂ ਦੇਖਣਾ ਹੀ ਹੁੰਦਾ ਹੈਗਾ, ਉਹੀ ਤਾਂ ਹੈ, ਤੈਨੂੰ ਪਤਾ ਹੀ, ਫਿਰ ਵੀ ਕੋਈ ਨਾ ਕੋਈ ਤਾਂ ਹੁਣ ਖਰਚਾ ਕਰਨਾ ਹੀ ਪੈਣਾ ਹੈਗਾ। ਚੱਲ ਮੇਰੀ ਗੱਲ ਸੁਣ, ਮੈਂ ਆਪੇ ਮੁੰਡੇ ਨੂੰ ਮਨਾ ਲੂੰ, ਤੂੰ ਕੱਲ੍ਹ ਦਾ ਦਿਨ ਰੱਖ ਲਾ, ਫਿਰ ਅਸੀਂ ਦੇਖ ਜਾਂਦੇ ਮਾਂ ਪੁੱਤ ਆ ਕੇ। ਹਾਂ ਚੱਲ ਚੰਗਾ, ਠੀਕ ਹੈ, ਹੁਣ ਇਹ ਕਾਹਲ ਕਰੀ ਜਾਂਦੀ ਹੈ, ਅੱਗੇ ਛੇਤੀ ਆ ਕੇ ਦੇਖ ਜਾਓ ਮੁੰਡਾ। ਚੱਲ ਕਰਦੀ ਹਾਂ ਤਾਰੀ ਨਾਲ ਗੱਲ। ਵੇ ਮੁੰਡਿਆ ਉਰੇ ਗੱਲ ਸੁਣ ਮੇਰੀ। ਆ ਗਿਆ। ਹਾਂ ਆਏ, ਇੰਨਾ ਔਖਾ ਕਾਹਤੋਂ ਬੋਲਦਾ ਹੁੰਦਾ ਹੈਗਾ? ਹਾਂਜੀ ਮਾਤਾ ਜੀ। ਮੇਰੀ ਗੱਲ ਸੁਣ ਲਾ, ਆ ਤੇਰੀ ਮਾਮੀ ਦਾ ਫੋਨ ਆਇਆ ਸੀ ਭਾਈ, ਸਵੇਰੇ ਆਪਦਾ ਟਾਈਮ ਨਾਲ ਤਿਆਰ ਹੋ ਜਾਈਂ, ਆਪਾਂ ਮੁੰਡਾ ਦੇਖਣ ਜਾਣਾ ਹੈ। ਸਵੇਰੀ? ਲੈ ਹੋਰ, ਹੁਣ ਮੈਂ ਤਾਂ ਕਹਿ ਤਾਂ ਉਹਨੂੰ, ਮੈਂ ਕਿਹਾ ਸੀ ਸਵੇਰੇ ਆ ਜਾਵਾਂਗੇ। ਇੱਕ ਦੋ ਥਾਂ ਤੇ ਹੋਰ ਤਾਂ ਪਤਾ ਕਰ ਲੈਂਦੇ ਆਪਾਂ, ਹੁਣ ਅਗਲੇ ਨੂੰ ਫਿਰ ਮੌਕੇ ਤੇ ਜਵਾਬ ਦੇਣਾ ਸੌਖਾ ਕਿਤੇ? ਬੇ ਮੇਰੀ ਗੱਲ ਸੁਣ ਲਾ, ਹੁਣ ਕੁੜੀ ਤਾਂ ਆਪਾਂ ਆਪਦੇ ਘਰੇ ਤੋਰਨੀ ਹੈ, ਕਿੰਨਾ ਕੁ ਚਿਰ ਘਰੇ ਬਿਠਾ ਕੇ ਬੈਠੇ ਰਹਾਂਗੇ ਜੇ ਹੁਣ ਕੱਲ ਨੂੰ ਜਾਵਾਂਗੇ। ਹਾਂ ਪੁੱਤ ਦੇਖ ਲੈ, ਅੱਧਾ ਐਂ ਜੀ ਉੱਥੇ ਖੜੀ ਕੱਲੀ ਸੁਣੀ ਜਾਂਦੀ ਆਪਣੀਆਂ ਗੱਲਾਂ, ਢੰਗ ਨਾਲ ਬੋਲਿਆ ਕਰ ਬੇ ਕੁੜੀ ਨੂੰ, ਤੈਨੂੰ ਪਤਾ ਗਾਹਾਂ ਬਗਾਨੇ ਘਰੇ ਜਾਣਾ ਇਹਨੇ। ਚਪੇੜੇ ਖਾਣ ਵਾਲੇ ਗੱਲ ਨਹੀਂ, ਪਰ ਉੱਥੇ ਖੜ ਜੂ ਕੰਨ ਲਾ ਕੇ ਵੀ ਕੀ ਗੱਲਾਂ ਕਰਦੇ ਨੇ, ਅਸੀਂ ਪੜਦੇ ਵਾਲੀ ਗੱਲ ਵੀ ਨਹੀਂ ਕਰ ਸਕਦੇ। ਮੈਂ ਸਮਝਾ ਲਾ, ਮੈਂ ਇਹਦੇ ਮਾਰ ਮਾਰ ਮੁੱਕਿਆ ਨਾ ਟੂਈ ਸੇਕ ਦੇਣੀ ਆ। ਐਵੇਂ ਨਾ ਤੁਸੀਂ ਦੋਨੇ ਜਣੇ ਉਹੀ ਨਾ ਲੜਨ ਬਹਿ ਜਾ ਕਰੋ ਹਰੇਕ ਵੇਲੇ। ਨਾਲੇ ਮੰਮੀ ਮੇਰੀ ਇੱਕ ਗੱਲ ਹੋਰ ਸੁਣ ਲਓ, ਮੈਂ ਵਿਆਹ ਵੀ ਨਹੀਂ ਕਰਾਉਣਾ ਜਿਹੜੀਆਂ ਤੁਸੀਂ ਗੱਲਾਂ ਜੀਆਂ ਕਰੀ ਜਾਂਦੇ ਹੋ। ਨਾ ਤੈਂ ਵਿਆਹ ਕਾਹਤੋਂ ਨਹੀਂ ਕਰਾਉਣਾ, ਹੋਰ ਤੈਨੂੰ ਘਰੇ ਬਿਠਾ ਕੇ ਰੱਖੂੰਗੀ ਮੈਂ। ਮੰਮੀ ਹਾਲੇ ਕੀ ਹੋਇਆ, ਵਿਆਹ ਨੂੰ 2-4 ਸਾਲ ਤਾਂ ਹੋਰ ਲੰਘ ਜਾਂਦੇ। ਔਰ ਬੁੜੀ ਹੋ ਗਈ ਜਦੋਂ ਦੋ ਵਿਆਹਾਂਗੇ ਨੂੰ ਆਪਾਂ। ਬੁੜੀ ਹੋ ਗਈ, ਕੋਈ ਨਾ ਤੇਰਾ ਵਿਆਹ ਤਾਂ ਦੇਖ ਲੂੰਗੀ ਮੈਂ, ਬੁੜੀ ਹੋਵਾਂ ਭਾਵੇਂ ਮਟਿਆਰ। ਮੇਰੀ ਗੱਲ ਸੁਣ ਪੁੱਤ, ਇਹ ਤਾਂ ਐਵੇਂ ਭੌਂਕੀ ਜਾਂਦਾ, ਹਜੇ ਅਸੀਂ ਦੇਖਣ ਜਾਵਾਂਗੇ, ਕੀ ਪਤਾ ਗੱਲ ਫਿੱਟ ਆਊਗੀ ਕਿ ਨਾ, ਨਾਲੇ ਅੱਜ ਥੋੜ੍ਹੀ ਤੇਰਾ ਡੋਲਾ ਤੋਰਨ ਲੱਗੀ ਹਾਂ। ਹੂੰ ਤਾਂ ਜੇ ਭੈਣ ਦਾ ਵਿਆਹ ਹੋ ਜੇ ਫਿਰ ਮਨਪ੍ਰੀਤ ਨੂੰ ਵਿਆਹ ਕੇ ਲੈ ਆਉਂਗਾ। ਤੂੰ ਕੀ ਬੋਲਣ ਜੇ ਲੱਗ ਜਾਂਦਾ ਵੇ? ਮੈਂ ਤਾਂ ਐਂ ਕਹਿਣਾ ਵੀ ਪਤਾ ਨਹੀਂ ਕਾਹ ਤੋਂ ਇਹਦੇ ਮਨ 'ਚ ਕੀ ਗੱਲ ਚੱਲ ਰਹੀ ਆ, ਵੀ ਮਨਦੀ ਹੀ ਨਹੀਂ ਹੈਗੀ, ਵੀ ਹਜੇ ਥੋੜ੍ਹੀ ਵਿਆਹ ਕਰਨਾ, ਹਜੇ ਤਾਂ ਦੇਖ ਕੇ ਆਉਣਾ ਸੀ ਨੇ।
मेरी गल सुन ला। मैनू ए लगता भी तू मेथों कुछ लुकाना है। बस चक ली दूजी रील, हुण उधर हो जा। मेरे ते कातों गल कर दिया, इहदे रिश्ते दी गल कर दे, उधर आ जा। बे ओ तां आ जा, चल मेरी गल सुन पुत। ये तो एवें बोली जांदा गा। तू भाई मुंडा टाइम नाल सेती तैयार रही सवेरे। तुसीं दोनों जाने जाओ जिथे जाना, मेरा खेड़ा छड्ड दो, मेरा सिर ना खाया करो। तेरा भी बस सिर ही पिएगा। कंध नाल खड़खड़ गल्लां आप सुनदी है, सिर आपां खाने आ। बेजा भाग जा, किसी टाइम तो लड़ाई तो खेड़ा छड़ा दिया कर। रब्बा मेरे करीम बस रिश्ते नूं ना ही हो जाए, तो जे मेरा ब्याह हो गया सारी घर की जिम्मेवारी तारी ते आ जानी है, की करूँगी मैं। बे मुंडे आ जा, निकलिया हुण, कि हरेक थां ते लेट ही कराउणा हुंदा है। आ जा आ गया, तैनूं पैरां थल्ले अग्ग नूं चाहीए। आ जा टाइम नाल तुर पिया कर किसे थां ते। तां उम्मीद करते हैं सारे ठीक ठाक होंगे, जिहड़े भी दर्शक साडी वीडियो देख रहे हो, तो सब का हाल चाल वधिया होगा। तुसीं हुणे हुणे साडी वीडियो देखी, वीडियो भी तुहानूं वधिया लगी हो, यही उम्मीद करके असीं वीडियो बनाउने आ। तो यह वीडियो है जिहड़ी, सीरीज़ आ पूरी, सानूं किसे ना किसे कारना करके फिलहाल इत्थे बंद करनी पै रही आ। जे अगे पॉसीबल होया तां इहनूं कंटिन्यू करांगे। तो किवें दी लगी तुहानूं कमेंट जरूर करो। तो बहुत वधिया मैसेज सोचा सी असीं इस वीडियो दे विच, ते वो कुछ कारना करके वीडियो इनकंप्लीट रह गई, तो कंप्लीट नहीं कर सके असीं, तां करके मैसेज थोड़े तक पहुँच नहीं सकिया। तां कोई होर सीरीज़ लैके आवांगे थोड़े तक इस तो वधिया, ते जिहड़ी तुहानूं होर भी पसंद आऊगी। तो उस वीडियो नूं वध तों वध प्यार दिओ, ते जिन्हां ने हाल तक चैनल सबसक्राइब नहीं किया सबसक्राइब जरूर करो। तो जिन्ने क पार्ट हाल तक तुसीं देख ले इस सीरीज़ दे, ओ थोनू किवें दे लगे कमेंट जरूर करके दसो। ते सानू इदां प्यार दो कि अगर तुसीं चाहुंदे हो वी असीं अगे कंटिन्यू करिए, तां सानू बहुत ज़्यादा कमेंट करो, दसो है ना वी तुसीं देखना चाहोगे या नहीं, असीं फिर कंटिन्यू करांगे। कुछ भी है ना, कोई भी मुश्किलां होण आपां पार करके शूट करांगे। क्योंकि फिलहाल तो वीडियो इनकंप्लीट छड़नी पै रही है सानू कुछ कारना करके। बाकी जे कमेंटा विच डिमांड हुई भी नैक्सट पार्ट बनाओ, तो फिर देखते हैं जो पॉसीबल हो नैक्सट पार्ट भी बनावा। मैं अगे पार्ट चाहवा, हाँ कमेंट करके जरूर जरूर दस्यो भी प्रीत अगे, प्रीत का करैक्टर है ना किवें देखना सब ने, किदा मतलब अपना प्यार ही होगा ना, मैं तेरी भाभी बनन वाली। जे अगे साडा रिश्ता देखना तां प्लीज कमेंट करके जरूर दस्यो। ते मेरी सस बनन वाले ने, है ना। ठीक है चलो, फिर चंगी सस बन जाने की कितने बाली पैड़ी। चलो कोई नहीं, हुण तां तुसीं चंगे ही हो सारे, है ना। तां बहुत बहुत धन्यवाद सारयां दा जिन्हां ने यह वीडियो साडी अखीर तक देखी। गल्लां नूं सीरियस लै जिओ। हां असीं हसदे तां रहिणे आ 24 घंटे। कमेंट जरूर करिओ वीडियो किवें दी लगी, वीडियो नूं वध तों वध शेयर करो, ते जिन्हां ने हाल तक साडे चैनल नूं सबसक्राइब नहीं कीता चैनल नूं सबसक्राइब जरूर कर लो। बहुत बहुत धन्यवाद जी, सत श्री अकाल सारयां।